ਆਂਗਣਵਾੜੀ ਵਰਕਰਾਂ ਦੇ ਵੱਲੋਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਰਾਜਨੀਤਿਕ ਨਗਰ ਦੇ ਨਜ਼ਦੀਕ ਕਿਸਾਨਾਂ ਦੇ ਅਮਸਾ ਵਧਦਾ ਜਾ ਰਿਹਾ ਹੈ ਅੱਜ ਦੇ ਆਗੂਆਂ ਦਾ ਵਿਰੋਧ ਕੀਤਾ ਜਾਂਦਾ ਹੈ ਹੁਣ ਕਿਸਾਨਾਂ ਦੇ ਵੱਲੋਂ ਕਾਂਗਰਸੀ ਮੰਨਦੇ ਨੇ ਵੀ ਗਰਮੀ ਦੇ ਮੌਸਮ ਵਿੱਚ ਆਂਗਣਵਾੜੀ ਵਰਕਰਾਂ ਨੇ ਗੱਲ ਵਿਧਾਨ ਸਭਾ ਦੇ ਕੀਤਾ ਜਾਂਦਾ ਹੈ ਜਾਂ ਅਤੇ ਗਰਮੀ ਦੇ ਨਾਲ ਧਰਨੇ ਤੇ ਬੈਠੀਆਂ ਕਰਦੇ ਆ ਆਂਗਣਵਾੜੀ ਵਰਕਰਾਂ ਵੱਲੋਂ ਕੈਬਨ ਮੰਤਰੀ ਸਰੂ ਸਿੰਘ ਧਰਮਸੋਤ ਜਦੋਂ ਬੱਚਾ ਮਾਂ ਦੇ ਪੇਟ ਵਿੱਚ ਚਲਿਆ ਜਾਂਦਾ 6 ਸਾਲ ਤੱਕ ਆਂਗਣਵਾੜੀ ਵਰਕਰ ਨੂੰ ਵਕਤ ਪਿਆ ਰਹਿੰਦਾ ਆ ਸਾਡੀਆਂ ਕੋਈ ਬਹੁਤ ਜ਼ਿਆਦੀਆਂ ਮੰਗਾਂ ਨਹੀਂ ਸਾਡੇ 3 ਤੋਂ 6 ਸਾਲ ਦੇ ਬੱਚੇ ਜਿਹੜੇ ਪ੍ਰਾਇਮਰੀ ਸਕੂਲ ਵਿੱਚ ਦਾਖਲ ਕੀਤੇ ਗਏ ਆ ਉਹ ਸਾਨੂੰ ਵਾਪਸ ਕੀਤੇ ਜਾਣ ਇੱਕ 600 ਤੇ 300 500 ਸਾਡਾ ਪੰਜਾਬ ਸਰਕਾਰ ਨੇ ਕੱਟ ਲਿਆ ਆ ਸਾਡੀ ਕੋਈ ਬਹੁਤ ਜ਼ਿਆਦੀ ਮੰਗ ਨਹੀਂ ਸਾਡਾ ਕੋਈ ਬਹੁਤ ਜ਼ਿਆਦਾ ਸਰਕਾਰ ਦੇ ਕੋਲੋਂ ਕੋਈ ਅਸੀਂ ਜ਼ਿਆਦਾ ਤਾਂ ਨਹੀਂ ਮੰਗ ਰਹੇ ਅਸੀਂ ਸਿਰਫ ਮੰਗ ਰਹੇ ਆ ਕਿ 600 300 ਤੇ 500 ਜਿਹੜਾ ਸੈਂਟਰ ਵੱਲੋਂ ਸਾਡਾ ਆਇਆ ਸੀਗਾ ਪੰਜਾਬ ਸਰਕਾਰ ਨੇ ਹਿੱਸਾ ਪਾਉਣਾ ਸੀਗਾ ਉਹ ਸਾਡਾ ਸਾਨੂੰ ਵਾਪਸ ਕੀਤਾ ਜਾਵੇ 3 ਤੋਂ 6 ਸਾਲ ਦੇ ਬੱਚੇ ਸਾਨੂੰ ਵਾਪਸ ਕੀਤੇ ਜਾਣ ਪੋਲੀਓ ਦੀ ਜੜ ਆਂਗਨਵਾੜੀ ਵਰਕਰ ਦੀ ਬਦੌਲਤ ਖਤਮ ਹੋਈ ਆ ਪੋਲੀਓ ਇੰਡੀਆ ਵਿੱਚੋਂ ਆਂਗਨਵਾੜੀ ਵਰਕਰ ਦੇ ਵਜੂਦ ਨਾਲ ਖਤਮ ਹੋਇਆ ਆ ਇਸ ਕਰਕੇ ਆਂਗਨਵਾੜੀ ਵਰਕਰ ਦਾ ਆਂਗਨਵਾੜੀ ਵਰਕਰ ਇੱਕ ਰੀੜ੍ਹ ਦੀ ਹੱਡੀ ਆ ਪੰਜਾਬ ਸਰਕਾਰ ਦੀ ਕੇਂਦਰ ਸਰਕਾਰ ਦੀ ਜਿਸ ਕਰਕੇ ਕੇਂਦਰ ਸਰਕਾਰ ਪੰਜਾਬ ਸਰਕਾਰ ਸਾਨੂੰ ਸੜਕਾਂ ਤੇ ਰੋਲ ਰਹੀ ਆ ਕੀ ਗੱਲ ਰੀੜ੍ਹ ਦੀ ਹੱਡੀ ਜਿਹੜੀ ਆ ਉਹ ਤੋੜ ਕੇ ਸਰਕਾਰ ਸਰਕਾਰਾਂ ਚਲਾਊਗੀ ਅਸੀਂ ਇਸ ਕਰਕੇ ਸਰਕਾਰ ਦਾ ਵਿਰੋਧ ਕਰਦੇ ਆ ਸਾਡਾ 300-600 ਲਾਗੂ ਕੀਤਾ ਜਾਵੇ 3 ਤੋਂ 6 ਸਾਲ ਦੇ ਬੱਚੇ ਸਾਡੇ ਸਾਨੂੰ ਵਾਪਸ ਦਿੱਤੇ ਜਾਣ ਸਾਨੂੰ ਰੀੜ੍ਹ ਦੀ ਹੱਡੀ ਮੰਨਿਆ ਜਾਵੇ ਮੈਂ ਵਰਿੰਦਰ ਕੌਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੋ ਦੀਜਰਾ ਦੇ ਅੱਜ ਦੇ ਇਹ ਰੋਡ ਬਲਾਕ ਸਰ ਅਸੀਂ 2 ਸਾਡੀਆਂ ਮੀਟਿੰਗਾਂ ਹੋਈਆਂ ਨੇ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਔਰ ਨਾਲ ਦੀ ਨਾਲ ਮੈਡਮ ਨੇ ਵੀ ਰਵਈਆ ਜਿਹੜਾ ਬਹੁਤ ਵਧੀਆ ਨਹੀਂ ਸੀਗਾ ਹੈਗਾ ਅਸੀਂ ਮੈਡਮ ਨੂੰ ਬੜੇ ਪਿਆਰ ਨਾਲ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਸਾਡੀਆਂ ਜ਼ਿਆਦਾ ਔਖੀਆਂ ਮੰਗਾਂ ਨਹੀਂ ਬੜੀਆਂ ਜਾਇਜ਼ ਤੇ ਜੈਨੂਅਲ ਮੰਗਾਂ ਨੇ ਵੀ ਸਾਡੀਆਂ ਤੁਰੰਤ ਮੰਗੀਆਂ ਜਾਣ ਔਰ ਮੈਡਮ ਉਸੇ ਅੜੀਏ ਰਵੀਰੇ ਤੇ ਬੈਠੇ ਰਹੇ ਤੇ ਅਸੀਂ ਦੇ ਦਿੱਤਾ ਦਿੰਦੇ ਕੀ ਆ ਵੀ ਉਹ ਨੋਟੀਫਿਕੇਸ਼ਨ ਜ਼ਰੂਰ ਬੱਚਿਆਂ ਦਾ ਕੀਤਾ ਗਿਆ ਲੇਕਿਨ ਉਹਨੂੰ ਇੰਪਲੀਮੈਂਟ ਨਹੀਂ ਨੀਚੇ ਕੀਤਾ ਗਿਆ ਫਿਰ ਅਸੀਂ ਮੈਡਮ ਨੂੰ ਪੂਰਾ ਹੋਮਵਰਕ ਵੀ ਕਰਕੇ ਦਿੱਤਾ ਜਿਹਦੇ ਵਿੱਚ ਮੈਡਮ ਨੇ ਕਿਹਾ ਵੀ 1.5 ਤੋਂ 2 ਮਹੀਨੇ ਲੱਗ ਸਕਦੇ ਨੇ ਫਿਰ ਅਸੀਂ ਇਹਦੇ ਉੱਤੇ ਸਾਰਾ ਅਮਲ ਕਰੂੰਗੇ ਔਰ ਅੱਜ ਮੈਨੂੰ ਥੋੜ੍ਹਾ ਜਿਹਾ ਮੈਸੇਜ ਮਿਲਿਆ ਵੀ ਮੈਡਮ ਕਹਿ ਰਹੇ ਨੇ ਵੀ ਤੁਹਾਡਾ 600-300 ਜਿਹੜਾ ਮੁੱਖ ਮੰਤਰੀ ਨੇ ਸਿਫਾਰਿਸ਼ ਕਰ ਦਿੱਤੀ ਹੈ ਵਿੱਤ ਮੰਤਰੀ ਨੂੰ ਤਾਂ ਉਹ ਤੁਹਾਡਾ ਵੱਧ ਜਾਊਗਾ ਪਰ ਸਾਡੇ ਬੱਚਿਆਂ ਦਾ ਮਸਲਾ ਵੀ ਕਿਉਂ ਹੈ ਇਹ 600-300 ਹੈ ਜੀ ਜਿਹੜਾ ਸਾਡਾ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ 60% ਜਿਹੜਾ ਉਹ ਕੇਂਦਰ ਸਰਕਾਰ ਪੈਸਾ ਦਿੰਦੀ ਸਕੀਮ ਚਲਾਉਣ ਲਈ ਤਾਂ 40% ਜਿਹੜਾ ਉਹ ਸਾਡਾ ਪੰਜਾਬ ਦਿੰਦਾ ਔਰ ਜਦੋਂ ਅਸੀਂ ਪਿਛਲੀ ਵਾਰ 2018 ਦੇ ਵਿੱਚ ਕੀਤਾ ਸੀਗਾ ਇਹ ਐਜੀਟੇਸ਼ਨ ਕੀਤਾ ਸੀਗਾ ਆਪਣਾ ਫਤਿਹਗੜ੍ਹ ਸਾਹਿਬ ਤੋਂ 2018 'ਚ ਫਤਿਹਗੜ੍ਹ ਸਾਹਿਬ ਤੋਂ ਅਸੀਂ ਚੱਲੇ ਸੀ ਚੰਡੀਗੜ੍ਹ ਨੂੰ ਤੁਰ ਕੇ ਇਹੀ ਦਿਨ ਸੀ ਇੱਦਾਂ ਹੀ ਅਸੀਂ ਸੜਕਾਂ 'ਤੇ ਲੇਟੇ ਸੀ ਤਾਂ 1000 ਰੁਪਇਆ ਸਾਡਾ ਪੰਜਾਬ ਸਰਕਾਰ ਨੇ ਵਧਾਇਆ ਸੀ ਹੁਣ ਇਹ ਜਦੋਂ ਉਹਨਾਂ ਨੇ ਅਕਤੂਬਰ 'ਚ ਵਧਾਇਆ ਇਹਨਾਂ ਨੇ ਕਹਿ ਦਿੱਤਾ ਅਸੀਂ ਆਲਰੇਡੀ ਪਹਿਲਾਂ ਹੀ ਦੇ ਚੁੱਕੇ ਹਾਂ ਜੋ ਕਿ ਉਸ ਨੋਟੀਫਿਕੇਸ਼ਨ ਦੇ ਵਿੱਚ ਇਹ ਨਹੀਂ ਸੀ ਲਿਖਿਆ ਹੋਇਆ ਵੀ ਜਿਹੜਾ ਅਸੀਂ ਤੁਹਾਨੂੰ 1000 ਦਿੱਤਾ ਉਹਦੇ ਵਿੱਚੋਂ ਅਸੀਂ ਤੁਹਾਡਾ 40% ਕੱਟੋਂਗੇ